ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301। ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਹਾਂ ਬਹੁਤੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਪਿੰਡ ਰੌਂਤਾ ਜ਼ਿਲ੍ਹਾ ਮੋਗਾ, ਜਿੱਥੇ ਸ਼੍ਰੀਮਾਨ 108 ਬਾਬਾ ਬ੍ਰਹਮ ਸੁਚੇਤਾ ਜੀ ਅਤੇ ਸ਼੍ਰੀਮਾਨ 108 ਭਾਈ ਅਮਰਤੀਆ ਜੀ ਅਤੇ ਸਮੂਹ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਬਲਦੇਵ ਪ੍ਰਕਾਸ਼ ਜੀ ਅਤੇ ਸ਼੍ਰੀਮਾਨ ਮਹੰਤ ਗੁਰਵੰਤ ਦਾਸ ਜੀ, ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ 'ਤੇ ਨਤਮਸਤਕ ਹੋਈਆਂ ਅਤੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਚਮਕੌਰ ਸਿੰਘ ਜੀ ਪੰਜਗੜੀ ਕਲਾ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੀਮਾਨ ਮਹੰਤ ਜਗਦੇਵ ਮੁਨੀ ਜੀ ਖਾਈ ਵਾਲਿਆਂ ਨੇ ਆਈਆਂ ਸੰਗਤਾਂ ਦਾ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕੀਤਾ। ਇਹਨਾਂ ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਸੁੰਦਰ ਦਾਸ ਜੀ ਪੰਜਗਰਾਈ ਗਊਸ਼ਾਲਾ ਵਾਲੇ, ਮਹੰਤ ਜਗਦੇਵ ਮੁਨੀ ਜੀ ਖਾਈ, ਮਹੰਤ ਗੁਰਸੇਵਕ ਦਾਸ ਜੀ ਢੇਲਮਾ, ਵੈਦ ਮਹੰਤ ਪ੍ਰੀਤਮ ਸਿੰਘ ਜੀ ਆਦਮਪੁਰਾ, ਵੈਦ ਮਹੰਤ ਸਰਬਜੀਤ ਸਿੰਘ ਜੀ ਆਦਮਪੁਰਾ, ਮਹੰਤ ਇਕਬਾਲ ਸਿੰਘ ਜੀ ਦੱਲੂਵਾਲਾ, ਸੰਤ ਮਣੀਦਾਸ ਜੀ ਗਊਸ਼ਾਲਾ ਸਿੰਘਾਵਾਲਾ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਜੇ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜ਼ਰਾ, ਜੇ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜ਼ਰਾ, ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ, ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ, ਜੇ ਦੁਨੀਆ
ਹੋਈ ਕਿਸਮਤ ਬਣਨੇ ਨੂੰ, ਇੱਥੇ ਇੱਕ ਵੀ ਪਲ ਨਹੀਂ ਲੱਗਦਾ। ਵਿਗੜੀ ਹੋਈ ਕਿਸਮਤ ਬਣਨੇ ਨੂੰ, ਇੱਥੇ ਇੱਕ ਵੀ ਪਲ ਨਹੀਂ ਲੱਗਦਾ। ਤੂੰ ਠਾਕ ਬਾਬਾ ਜੀ ਦੇ ਚਰਨਾਂ ਦੀ ਮਸਤਕ ਤੇ ਲਾ ਕੇ ਦੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਬਸਾ ਕੇ ਦੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਬਸਾ ਕੇ ਦੇਖ ਜ਼ਰਾ। Yeah.
ਬਾਬਾ ਬ੍ਰਹਮ ਸਚੇਤਾ ਜੀ ਮਹਾਰਾਜ, ਧੰਨ ਬਾਬਾ ਭਾਈ ਅਮਰਤੀਆ ਜੀ ਮਹਾਰਾਜ, ਉਹਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦੇ ਹੋਏ ਗੁਰੂ ਪਿਆਰੇ ਸੰਗੀ ਜਨੋ ਬੜ ਭਾਗੇ ਹੋ। ਅੱਜ ਖਾਲਸੇ ਦਾ ਸਿਰਜਣਾ ਦਿਵਸ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਖਾਲਸੇ ਨੂੰ ਸਜਾਇਆ। ਖਾਲਸੇ ਦਾ ਸਿਰਜਣਾ ਦਿਹਾੜਾ ਵੀ ਜਿੱਥੇ ਸੰਗਤਾਂ ਮਨਾਉਂਦੀਆਂ ਨੇ, ਉੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਸਾਲਾਨਾ ਭੰਡਾਰਾ ਇਸ ਅਸਥਾਨ 'ਤੇ ਕੀਤਾ ਜਾਂਦਾ ਹੈ। ਅਸਥਾਨ ਦੇ ਮੌਜੂਦਾ ਮੁਖੀ ਸ਼੍ਰੀਮਾਨ ਮਹੰਤ ਬਲਦੇਵ ਪ੍ਰਕਾਸ਼ ਜੀ ਮਹਾਰਾਜ ਤਥਾ ਮਹੰਤ ਗੁਰਬੰਤ ਦਾਸ ਜੀ ਮਹਾਰਾਜ, ਸਾਰਾ ਪਰਿਵਾਰ ਇਕੱਤਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਨੇ। ਹਰ ਸਾਲ ਇਹ ਸਾਲਾਨਾ ਸਮਾਗਮ ਮਨਾਏ ਜਾਂਦੇ ਨੇ। ਵੱਡੇ ਭਾਗ ਨੇ ਜਿਤਨਾ ਕੁ ਸਮਾਂ ਪਾਤਸ਼ਾਹ ਬਖਸ਼ਿਸ਼ ਕੀਰ ਕਰਦੇ ਨੇ, ਮਨ ਔਰ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਚਰਨਾਂ ਨਾਲ ਧਿਆਨ ਜੋੜ ਕੇ ਬੈਠਣ ਦਾ ਯਤਨ ਕਰੀਏ, ਲਾਹਾ ਲਈਏ, ਗੁਰਫਤਿਹ ਦੀ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ, ਜਿੱਥੇ ਅਸੀਂ ਮਹਾਂਪੁਰਖਾਂ ਦੀ ਯਾਦ ਜੁੜੇ ਹਾਂ ਉੱਥੇ ਖਾਲਸੇ ਦਾ ਸਿਰਜਣਾ ਦਿਹਾੜਾ ਹੈ। ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਸਰ ਸੰਘਾਰ ਵੇਖੋ, ਦੁਰਜਨ ਕੇ ਵਾਰ ਵੇਖੋ, ਖਾਲਸਾ ਬਣਾਇਆ ਹੈ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਧਰਮ ਦਾ ਪ੍ਰਕਾਸ਼ ਕਰਨ ਵਾਸਤੇ। 1699 ਦੀ ਵਿਸਾਖੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਖਾਲਸੇ ਦੀ ਸਿਰਜਣਾ ਕਰਕੇ ਖਾਲਸਾ ਸਾਜਿਆ। ਸਤਸੰਗਤ ਜੀ ਜਿੱਥੇ ਚਰਨ ਪੌਲ ਦਿੱਤੀ ਜਾਂਦੀ ਸੀ ਪਹਿਲੇ, ਮਹਾਰਾਜ ਨੇ ਖੰਡੇ ਦੀ ਪੌਲ, ਅੰਮ੍ਰਿਤ ਦੀ ਖੰਡੇ ਦੀ ਪੌਲ ਸ਼ੁਰੂ ਕੀਤੀ। ਇਹ ਮਹਾਨ ਦਿਨ ਹੈ, ਵਿਸਾਖੀ ਦਾ ਤਿਉਹਾਰ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਤਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਵੱਧ ਚੜ੍ਹ ਕੇ ਸੰਗਤਾਂ ਮਨਾਉਂਦੀਆਂ ਨੇ। ਉੱਥੇ ਆਪਾਂ ਸਾਧ ਸੰਗਤ ਜੀ ਹਰ ਸਾਲ ਮਹਾਂਪੁਰਖਾਂ ਦੀ ਯਾਦ ਵਿੱਚ ਇਸ ਅਸਥਾਨ 'ਤੇ ਜੁੜਦੇ ਹਾਂ। ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਮਨ ਔਰ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਧਿਆਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਬੈਠਣ ਦਾ ਯਤਨ ਕਰੀਏ, ਕੁਝ ਨਾ ਕੁਝ ਲਾਹਾ ਪ੍ਰਾਪਤ ਕਰ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਦੇ ਰੰਗੀਆਂ ਦੀ ਮਹਿਮਾ ਕਰਦੇ ਨੇ, ਵਡਿਆਈ ਕਰਦੇ ਨੇ ਜਿਹੜੇ ਨਾਮ ਜਪਦੇ ਨੇ। ਨਾਮ ਦੇ ਜਪਣ ਵਾਲਿਆਂ ਦੀ ਹਮੇਸ਼ਾ ਹੀ ਵਡਿਆਈ ਹੁੰਦੀ ਹੈ। ਮਾਰੇ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਕਣੀ ਸਹੀ ਇਹ ਆਏ ਸਫਲ ਤਨਾ ਠੀਕ ਕਾਮਾ। ਮੇਰੇ ਰਾਮ ਹਰ ਜਨ ਕੈ ਹੋਮ ਬਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ। ਮਾਰੇ ਕਹਿੰਦੇ ਐਸੇ ਰੱਬ ਦੇ ਪਿਆਰਿਆਂ ਤੋਂ ਬਲਹਾਰ ਤੇ ਕੁਰਬਾਨ ਜਾਵਾ, ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਨੇ, ਉਹਨਾਂ ਬਾਬਤ ਧੰਨ ਬਾਬਾ ਬ੍ਰਹਮ ਸਚੇਤਾ ਜੀ ਵਰਗੇ ਮਹਾਂਪੁਰਖਾਂ ਦੀ ਬਾਬਤ ਗੁਰਬਾਣੀ ਨੇ ਵੀ ਵਚਨ ਕਹੇ ਨੇ।
ਮਹਾਰਾਜ ਜੀਆਂ ਦਾ, ਉਪਰੰਤ ਮਹੰਤ ਗੁਰਦੇਵ ਪ੍ਰਕਾਸ਼ ਜੀ, ਮਹੰਤ ਗੁਰਬੰਤ ਦਾਸ ਜੀ, ਇਹਨਾਂ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਸਲਾਨਾ ਯਾਦ ਮਨਾਉਣਾ ਕੀਤੀ ਹੈ, ਅਤੇ ਉਪਰੰਤ ਜਿੰਨੇ ਵੀ ਮਹਾਂਪੁਰਖ ਪਹੁੰਚੇ ਆ ਜੀ ਆਇਆਂ ਨੂੰ ਧੰਨਵਾਦ, ਉਪਰੰਤ ਜਿੰਨੀਆਂ ਵੀ ਸੰਗਤਾਂ ਆਪ ਜੀ ਸੰਗਤ ਦਾ ਰੂਪ ਬਣ ਕੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਲਵਾ ਰਹੇ ਹੋ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਜੀਓ, ਗ੍ਰੰਥੀ ਸਿੰਘ ਸਾਹਿਬਾਨਾਂ ਦਾ ਧੰਨਵਾਦ, ਹੋਰ ਜਿੰਨੀ ਵੀ ਕੋਈ ਮੌਜੂਦਾ ਪੰਚਾਇਤ ਸਾਬਕਾ ਪੰਚਾਇਤ ਪਹੁੰਚੀ ਹੈ ਸਾਰਿਆਂ ਦਾ ਇੱਥੇ ਆਉਣ 'ਤੇ ਜੀ ਆਇਆਂ ਨੂੰ ਧੰਨਵਾਦ ਕੀਤਾ ਜਾਂਦਾ ਜੀ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਅਖੀਰ ਸਾਡੇ ਰਿਪੋਰਟਰ ਗੌਰਵ ਗਗ ਸ਼ਿਰਪੁਰ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਾਨ ਮਹੰਤ ਚਮਕੌਰ ਸਿੰਘ ਜੀ ਪੰਜ ਗ੍ਰਾਹੀ ਕਲਾਂ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ, ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਮਹੰਤ ਬਲਦੇਵ ਪ੍ਰਕਾਸ਼ ਜੀ ਅਤੇ ਸ਼੍ਰੀ ਮਾਨ ਮਹੰਤ ਗੁਰਵੰਤ ਦਾਸ ਜੀ ਵੱਲੋਂ ਧੰਨਵਾਦ ਵੀ ਕੀਤਾ ਅਤੇ ਸਾਰਿਆਂ ਨੂੰ ਜੀ ਆਇਆਂ ਵੀ ਆਖਿਆ ਗਿਆ। ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ, ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ, ਅਰਦਾਸ ਜੋ ਦੂਰ ਨੇ ਤੇਥੋਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਸਾਲਾਨਾ ਸਮਾਗਮ, ਸਾਲਾਨਾ ਭੰਡਾਰਾ, ਬਹੁਤ ਸਤਿਕਾਰਯੋਗ ਸ਼੍ਰੀਮਾਨ ਬ੍ਰਹਮ ਗਿਆਨੀ 108 ਤੱਤਵੇ ਅਤੇ ਮਹਾਂਪੁਰਖ ਸਵਾਮੀ ਬ੍ਰਹਮ ਸੁਚੇਤਾ ਜੀ ਮਹਾਰਾਜ ਅਤੇ ਸੰਤ ਭਾਈ ਅਮਰਤੀਆ ਜੀ ਮਹਾਰਾਜ ਜੀਆਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹਾਂਪੁਰਖ ਮਹੰਤ ਬਲਦੇਵ ਪ੍ਰਕਾਸ਼ ਜੀ ਤਥਾ ਮਹੰਤ ਗੁਰਬਾਨ ਦਾਸ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਰਲ ਮਿਲ ਕਰਕੇ ਸਾਲਾਨਾ ਇਹ ਜੋੜ ਮੇਲਾ, ਸਾਲਾਨਾ ਭੰਡਾਰਾ ਖਾਲਸਾ ਸਾਜਨਾ ਦਿਵਸ ਮੌਕੇ 'ਤੇ ਮਨਾਉਣਾ ਕੀਤਾ ਹੈ। ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਾਰ ਵਧਾਈਆਂ। ਔਰ ਇਹ ਮਹਾਂਪੁਰਖਾਂ ਦਾ ਜੋ ਸਾਲਾਨਾ ਭੰਡਾਰਾ ਹੈ ਹਰ ਸਾਲ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਹੈ। ਕਈ ਦਿਨਾਂ ਤੋਂ ਲੈ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਪ੍ਰਕਾਸ਼ ਸਨ, ਭੋਗ ਪਾਏ ਗਏ, ਉਪਰੰਤ ਕਥਾ ਕੀਰਤਨ ਹੋਇਆ। ਆਏ ਹੋਏ ਮਹਾਂਪੁਰਖਾਂ ਨੇ ਆਪਣੇ ਰੱਬੀ ਵਿਚਾਰਾਂ ਦੇ ਨਾਲ ਸੰਗਤ ਨੂੰ ਜੋੜਿਆ। ਇਹ ਅਸਥਾਨ ਬਹੁਤ ਪਵਿੱਤਰ ਅਤੇ ਪੁਰਾਤਨਤਾ ਮਹਾਨਤਾ ਰੱਖਣ ਵਾਲਾ ਅਸਥਾਨ ਹੈ, ਜੋ ਕਿ ਨੌਰੌਂਤਾ ਨਗਰ ਦਾ ਬਸਣਾ ਸ਼੍ਰੀਮਾਨ ਸੰਤ ਬ੍ਰਹਮ ਸੁਚੇਤਾ ਮਹਾਰਾਜ ਜੀਆਂ ਨੇ ਇਸ ਨਗਰ ਨੂੰ ਵਸਾਇਆ, ਭਾਗ ਲਾਏ, ਤਪ ਕੀਤਾ, ਲੰਮਾ ਸਮਾਂ ਜਪ ਤਪ ਕਰਕੇ ਇਸ ਨਗਰ ਨੂੰ ਭਾਗ ਲਾਏ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਭੰਡਾਰੇ ਕੀਤੇ ਜਾਂਦੇ ਨੇ, ਕਿਉਂਕਿ ਮਹਾਂਪੁਰਖ ਦੁਨੀਆ ਦਾ ਭਲਾ ਕਰਨ ਵਾਸਤੇ ਸੰਸਾਰ 'ਤੇ ਆਉਂਦੇ ਨੇ। ਆਪ ਜਪੈ ਅਵਰਾ ਨਾਮ ਜਪਾਵੈ ਹਰ ਦਰਗਾਹ ਪਤ ਸਿਉ ਜਾਇਨ ਦਾ। ਮਹਾਂਪੁਰਖ ਆਪ ਨਾਮ ਜਪਦੇ ਨੇ ਅਤੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਨਾਮ ਜਪਾ ਕੇ ਤਾਰਦੇ ਨੇ, ਭਲਾ ਕਰਦੇ ਨੇ। ਐਸੇ ਹੀ ਮਹਾਂਪੁਰਖ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਰਹਿੰਦਿਆਂ ਤਿਆਗ ਦੀ ਮੂਰਤ ਹੋ ਕੇ ਨਗਰ ਨੂੰ ਵਸਾਉਣਾ ਕੀਤਾ, ਨਾਮ ਜਪਿਆ, ਸੰਗਤਾਂ ਦਾ ਭਲਾ ਕੀਤਾ। ਔਰ ਇਹ ਅਸਥਾਨ ਉਦਾਸੀਨ ਭੇਖ ਵਿੱਚ ਬੜੀ ਮਹਾਨਤਾ ਰੱਖਦਾ ਹੈ। ਉੱਥੇ ਸਮੁੱਚੀਆਂ ਸੰਪਰਦਾਵਾਂ ਵਿੱਚ ਖੜ੍ਹ ਦਰਸ਼ਨ ਸਾਧੂ ਸਮਾਜ ਦੇ ਮਹਾਂਪੁਰਖ ਇਸ ਅਸਥਾਨ ਨਾਲ ਪ੍ਰੇਮ ਰੱਖਦੇ ਨੇ। ਅੱਜ ਵੀ ਉਸੇ ਤਰ੍ਹਾਂ ਸਾਰੇ ਮਹਾਂਪੁਰਖ ਆਏ ਨੇ। ਸਮਾਪਤੀ ਹੋਈ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਅਸਥਾਨ ਦੀ ਚੜ੍ਹਦੀ ਕਲਾ ਲਈ, ਨਗਰ ਦੇ ਭਲੇ ਲਈ। ਉੱਥੇ ਹੁਣ ਗੁਰੂ ਕੇ ਭੰਡਾਰੇ ਸੰਗਤਾਂ ਨੂੰ ਖੁੱਲ੍ਹੇ ਰੂਪ ਵਿੱਚ ਵਰਤਾਏ ਜਾ ਰਹੇ ਨੇ। ਬਹੁਤ ਸਤਿਕਾਰਯੋਗ ਮਹਾਂਪੁਰਖ ਮਹੰਤ ਸੁੰਦਰਦਾਸ ਜੀ, ਪੰਜ ਗ੍ਰਾਈ ਖੁਰਦ ਵਾਲੇ ਗਊਸ਼ਾਲਾ ਵਾਲੇ ਮਹਾਂਪੁਰਖ ਹਾਜ਼ਰੀ ਭਰ ਰਹੇ ਨੇ। ਮਹੰਤ ਮਣੀਦਾਸ ਜੀ ਰੌਂਤਾ, ਮਹੰਤ ਜਗਦੇਵ ਮੁਨੀ ਜੀ ਖਾਈ ਵਾਲੇ, ਮਹੰਤ ਗੁਰਬੰਤ ਦਾਸ ਜੀ ਜੋ ਇਸ ਸਥਾਨ ਦੇ ਸੰਚਾਲਕ ਨੇ, ਜਿਨ੍ਹਾਂ ਦੇ ਉੱਦਮ ਉਪਰਾਲੇ ਕਰਕੇ ਸਾਰਾ ਸਮਾਗਮ ਹੋਇਆ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਮਹੰਤ ਗੁਰਸੇਵਕ ਦਾਸ ਜੀ ਢੇਲਵਾ, ਮਹੰਤ ਮਣੀਦਾਸ ਜੀ ਗਊਸ਼ਾਲਾ ਸਿੰਘਾਂ ਵਾਲਾ, ਔਰ ਮਹੰਤ ਵੈਦਰਾਜ ਸੰਤ ਪ੍ਰੀਤਮ ਸਿੰਘ ਜੀ, ਉਹ ਵੀ ਹਾਜ਼ਰੀ ਭਰੀ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ। ਮਹੰਤ ਸਰਬਜੀਤ ਸਿੰਘ ਜੀ ਆਦਮਪੁਰਾ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ। ਹੋਰ ਬੇਅੰਤ ਮਹਾਂਪੁਰਖ ਆਏ ਨੇ, ਮਹੰਤ ਅਕਵਾਲ ਦਾਸ ਜੀ ਦੱਲੂ ਵਾਲਾ, ਸਾਰੇ ਆਏ ਹੋਏ ਮਹਾਂਪੁਰਖਾਂ ਦਾ ਬਹੁਤ 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 ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ ਇਸ ਅਸਥਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਇਸ ਅਸਥਾਨ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ। ਫਿਰ ਇੱਕ ਵਾਰ ਸੰਤ ਬਲਦੇਵ ਪ੍ਰਕਾਸ਼ ਜੀ, ਸੰਤ ਗੁਰਬੰਤ ਦਾਸ ਜੀ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ, ਮਹਾਂਪੁਰਖਾਂ ਦਾ ਬਹੁਤ 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 ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਬਲਦੇਵ ਪ੍ਰਕਾਸ਼ ਜੀ, ਸ਼੍ਰੀਮਾਨ ਮਹੰਤ ਗੁਰਬੰਤ ਦਾਸ ਜੀ, ਸ਼੍ਰੀਮਾਨ ਮਹੰਤ ਜਗਦੇਵ ਮੁਨੀ ਜੀ ਖਾਈ ਵਾਲੇ, ਸ਼੍ਰੀਮਾਨ ਮਹੰਤ
ਗੁਰਸੇਵਕ ਦਾਸ ਜੀ ਢੇਲਵਾਂ ਵਾਲਿਆਂ ਨੇ ਪੰਗਤ ਪੂਜਾ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ। ਉਦਾਸੀਨ ਆਸ਼ਰਮ ਡੇਰਾ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਤੋਂ ਗੌਰਵਗਰਗ ਸ਼ੇਰਪੁਰ ਦੀ ਇਹ ਖਾਸੀ ਰਿਪੋਰਟ। ਮੈਂ ਤੇ ਬਾਬਾ ਜੀ ਤੇ ਸੁਣੀਆਂ ਡੋਰਾ ਆਪੇ ਪੇੜਾ ਪਾਰ ਲਾਣਗੇ। ਮੈਂ ਤੇ ਬਾਬਾ ਜੀ ਤੇ ਸੁਣੀਆਂ ਡੋਰਾ ਆਪੇ ਪੇੜਾ ਪਾਰ ਲਾਣਗੇ। ਮੈਂ ਤੇ ਬਾਬਾ ਜੀ ਤੇ ਸੁਣੀਆਂ ਡੋਰਾ
ਆਇਆ ਜੀ ਦੂਰੋਂ ਦੂਰੋਂ ਸੰਗਤਾਂ ਨੇ ਆਪਣਾ ਬਣਾ ਲੋ ਕਰੋ ਰੇਵ ਤਾਂ ਸਫਾਈਆਂ ਜੀ ਆਪਣਾ ਬਣਾ ਲੋ ਕਰੋ ਮੈਂ ਤੇ ਚਰਨਾਂ ਚ ਸੀਸ ਝੁਕਾਵਾਂ ਆਪੇ ਬੇੜਾ ਪਾਰ ਲਾਣ ਕੇ ਮੈਂ ਤੇ ਚਰਨਾਂ ਚ ਸੀਸ ਝੁਕਾਵਾਂ ਆਪੇ ਬੇੜਾ ਪਾਰ ਲਾਣ ਕੇ ਮੈਂ ਤੇ ਬਾਬਾ ਜੀ ਤੇ ਸੁੱਤੀਆਂ ਡੋਰਾਂ ਆਪੇ ਬੇੜਾ ਪਾਰ ਲਾਣ ਕੇ ਮੈਂ ਤੇ ਬਾਬਾ ਜੀ ਤੇ ਸੁੱਤੀਆਂ ਡੋਰਾਂ ਪਾਰ ਲਾਣ ਕੇ ਜੀ ਬੇੜਾ ਪਾਰ ਦਰ ਦੇਖੇ ਤੇਰੇ ਦਰ ਜਿਆ ਹੋਰ ਨਾ ਲੱਖਾਂ ਦਰ ਦੇਖੇ ਤੇਰੇ ਦਰ ਤੇਰੇ ਉੱਤੇ ਕਦੀ ਆਵੇ ਕੋਈ ਥੋੜ ਨਾ ਦਰ ਤੇਰੇ ਉੱਤੇ ਕਦੀ ਮੈਂ ਵੀ ਬਾਬਾ ਜੀ ਤੋਂ ਭੁੱਲ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ ਮੋਬਾਈਲ 94170 36301 ਅਤੇ 98141 36301